ਅਸਲਾਮੁਅਲੈਕੁਮ ਜੀ ਭਾਈ। ਵਾਲੇ ਸਲਾਮ ਜੀ। ਸਰ ਗੋਸ਼ਤ ਚਾਹੀਦਾ ਜੀ। ਕਿੰਨਾ ਜੀ? ਕੁਝ 4 ਕੁ ਮਣ। 4 ਮਣ? ਵੈਰੀ ਗੁੱਡ। ਮਿਲ ਜਾਏਗਾ ਭਾਜੀ? ਹੈ ਨਾ 4 ਮਣ ਆਪਣੇ ਕੋਲ? ਮਿਲ ਜਾਏਗਾ ਸਰ, ਸਾਡੇ ਕੋਲ 20 ਮਣ ਲੈ ਲਓ। ਅੱਛਾ ਜੀ, ਅਸੀਂ ਗੋਸ਼ਤ ਹੀ ਦੇਣਾ ਸਰ। ਆ ਇਹ ਤੇ ਗੱਲ ਹੈ। ਹਾਂਜੀ, ਕਿਆ ਕਾਲੀ ਲੰਮੇ ਪਾਈਆਂ ਮਸਾਜ ਕਰਨ ਦੇ? ਨਹੀਂ, ਇਹ ਗੋਸ਼ਤ ਹੀ ਹੈ ਜੀ ਤੁਹਾਡੇ ਸਾਹਮਣੇ। ਠੀਕ ਹੈ। ਇਹ ਸਰ 4 ਮਣ ਚਾਹੀਦਾ ਗੋਸ਼ਤ ਤੇ ਕੀ ਸਰ ਰੇਟ ਕੀ ਹੈ? ਰੇਟ ਜੀ ਇਸ ਵੇਲੇ ਸਾਡਾ 650 ਰੁਪਏ। ਲੱਗਦਾ ਆ ਵੀ ਬੜੀ ਦੇਰ ਹੋ ਗਈ ਸਾਡੇ। ਤੁਹਾਨੂੰ 620 ਮਿਲ ਜਾਏਗਾ। ਹਾਂ 620 ਮਿਲ ਜਾਏਗਾ। ਹਾਂਜੀ ਠੀਕ ਹੋ ਗਿਆ ਜੀ। ਮੁਖਲਿਫ ਰੇਟ ਹੈ ਫਾਈਨਲ? ਨਹੀਂ, 4 ਮਣ ਲਈ ਫਿਰ ਵੀ ਨਹੀਂ ਹੋਏ, ਫਿਰ ਘੱਟ ਕਰ ਲਾਂਗੇ ਤੁਹਾਡੇ ਨਾਲ। ਹਾਂ ਕੁਝ ਤੇ ਲੈਸ ਕਰੋ ਨਾ। ਹਾਂਜੀ, ਇਹ ਵਿਆਹ ਵਾਸਤੇ ਚਾਹੀਦਾ ਜਾਂ ਮਰਗ ਲਈ? ਹਾਂਜੀ, ਵਿਆਹ ਲਈ ਚਾਹੀਦਾ ਕਿ ਮਰਗ ਲਈ? ਮਰਗ ਵਾਲਾ ਵੱਖਰਾ ਹੁੰਦਾ? ਨਹੀਂ ਹੁੰਦਾ ਹੀ ਨਾ ਜੀ, ਮਤਲਬ ਵਿਆਹ ਤੇ ਇੰਨਾ ਹੀ ਚਾਹੀਦਾ। ਮਰਗ ਤੇ ਵੀ ਜਦੋਂ ਦਫਨਾ ਕੇ ਆਉਂਦੇ ਫਿਰ ਮਤਲਬ ਸਾਰਾ ਰੋਟੀ ਰਾਟੀ ਪਕਾਉਣੀ ਪੈਂਦੀ। ਹਾਂਜੀ ਹਾਂਜੀ ਹਾਂਜੀ। ਹਾਂ ਕਿਹੜਾ? ਨਹੀਂ ਉਹ ਭਾਈ ਨੇ ਖੁਸ਼ੀ ਵਾਲਾ ਚਾਹੀਦਾ, ਐ ਵਾਲਾ ਖੁਸ਼ੀ ਵਾਲਾ। ਅੱਛਾ ਜੀ। ਹਾਂ ਠੀਕ ਹੈ। ਤੇ ਰੇਟ ਹੋ ਜਾਏਗਾ ਮੁਨਾਸਬ? ਹੋ ਜਾਏਗਾ ਭਾਜੀ। ਮਿਹਰਬਾਨੀ ਸਰ, ਮਿਹਰਬਾਨੀ। 4 ਮਣ ਪੈਣ ਚਾਹੀਦਾ। ਅੱਛਾ, ਜ਼ਿੰਦਾ ਮੁਰਗੀਆਂ ਨੂੰ ਦਾਣਾ ਥੋੜਾ ਪਾ ਜਾ। ਹਾਂਜੀ ਹਾਂਜੀ। ਜ਼ਿੰਦਾ 420 ਰੁਪਏ। ਜ਼ਿੰਦਾ 420। ਹਾਂਜੀ। ਤੇ ਗੋਸ਼ ਬਣਾ ਕੇ 620? 620। ਕੁਛ ਕਰ ਲਓ, ਮਤਲਬ ਕਿ 550 ਲਾ ਲਓ। ਸਾਡੇ ਲੈ ਲੈਣ 4 ਭਾਜੀ। ਇਹਨਾਂ 12 ਨਹੀਂ ਖਾਂਦਾ ਹੈ? ਇਹਨਾਂ 12 ਨਹੀਂ ਖਾਂਦਾ, ਇਹਨਾਂ ਸਾਨੂੰ ਮਤਲਬ ਘਰ ਨਹੀਂ ਇਹਨਾਂ 'ਚ ਪੈਂਦਾ। ਨਹੀਂ, ਤੂੰ ਘਰ 'ਚ ਪਿਆ ਹੀ ਨਹੀਂ ਤਾਂ ਬਾਹਰ ਪਿਆ ਨਾ, ਘਰ 'ਚ ਹੈ ਹੀ ਨਹੀਂ। ਭਾਜੀ ਤੁਸੀਂ ਗੱਲਾਂ ਕਿਸ ਤਰ੍ਹਾਂ ਦੀਆਂ ਕਰਦੇ, ਮੈਨੂੰ ਤੁਹਾਡੀ ਗੱਲ ਦੀ ਸਮਝ ਨਹੀਂ। ਤੁਸੀਂ ਬਾਹਰ ਵੇਚੋ ਨਾ, ਘਰ ਵਾਲੀ ਗੱਲ ਕਿਉਂ ਕਰਦੇ? ਅੱਛਾ ਹਾਂਜੀ। ਤੇ ਨਹੀਂ, ਰੇਟ ਵੀ ਘੱਟ ਨਹੀਂ ਹੋਏਗਾ? ਨਹੀਂ ਭਾਜੀ, ਇਸ ਤੋਂ ਘੱਟ ਨਹੀਂ ਹੋਣਾ। ਮਤਲਬ 650 ਤੋਂ ਅਸੀਂ ਤੁਹਾਨੂੰ 620 ਲਾਇਆ। ਮੁਰਗੀ ਬਾਟਾ ਦੀ ਆ ਕਿ ਕੁਛ ਤਾਂ ਘਟਾਓ। ਤੁਸੀਂ ਮੁਰਗੀਆਂ ਦੇ ਪੈਰਾਂ 'ਚ ਸਲੀਪਰ ਦੇਖ ਲਿਆ? ਨਹੀਂ, ਇਹੀ ਲੱਗੇਗਾ ਰੇਟ। ਮੁਰਗੀਆਂ ਦੇ ਹੱਥਾਂ 'ਚ ਕੀ ਰਿੰਗ ਦੇਖ ਲਿਆ? ਚਲੋ ਇਸ ਤਰ੍ਹਾਂ ਕਰੋ, 560 ਲਾ ਲਓ, 70 ਲਾ ਲਓ, ਕੁਛ ਰਿਆਇਤ ਤਾਂ ਕਰੋ ਨਾ। ਚਲੋ ਤੁਹਾਨੂੰ 570 ਲਾ ਲੈਂਦੇ ਹਾਂ, ਤੁਹਾਡਾ ਪਹਿਲਾ ਰੇਟ, ਤੁਹਾਡੇ ਮੂੰਹ ਦਾ ਰੇਟ। ਹਾਲਾਂਕਿ ਤੁਹਾਡੇ ਮੂੰਹ 'ਚ ਰੇਟ ਕੱਢਦੇ ਆ ਵੀ ਜਿਹੜਾ ਨਾ ਅਜੀਬ ਲੱਗਦਾ। ਉਹ ਮੈਨੂੰ ਤੁਹਾਨੂੰ ਦੱਸ ਦਿਓ ਵੀ ਸ਼ਰਮ ਆ ਰਹੀ ਹੈ। ਮੈਂ ਤੁਹਾਡੇ ਵੱਲ ਦੇਖ ਕੇ ਦਿਲ ਕਰਦਾ, ਮੈਂ ਤੁਹਾਨੂੰ ਉਂਝ ਚੁਕਾ ਦਾਂ। ਅੱਲਾ ਦੀ ਕਿਸਮ। ਨਹੀਂ ਨਹੀਂ, ਐਡਾ ਵੀ ਮਤਲਬ ਪੱਕੇ ਨਾ ਹੋਵੋ ਕੋਈ ਐਸੀ ਗੱਲ। ਐਡਾ ਸਖੀ ਹੋਵੇ ਨਾ ਤੂੰ, ਜਿਹੜਾ ਆਫਰ ਪਾਇਆ ਨਾ, ਪਤਾ ਨਹੀਂ 1933 ਦਾ ਆਫਰ ਹੀ ਤਾਂ ਲਾਏ ਨੀ ਤੂੰ। ਤੁਹਾਨੂੰ 1920 ਵਾਲਾ ਚਾਹੀਦਾ? ਮੁਰਗੀ ਜ਼ਬਾ ਕਰਨੀ ਹੈ, ਹੋਰ ਮਤਲਬ ਕੀ ਕੂਲਰ ਨੂੰ ਛੁਰੀ ਫੇਰਨੀ ਹੈ? ਮੈਂ ਫਿਰ ਕੱਲ ਆ ਜਾ, ਤੁਸੀਂ ਬਹਿਸ ਕਰ ਲਓ, ਕੱਲ ਆ ਜਾ ਭਾਜੀ। ਉਹਨਾਂ ਨੂੰ ਵੀ ਦੱਸਣਾ ਹੁੰਦਾ। ਅੱਛਾ ਅੱਛਾ ਹਾਂਜੀ, ਉੱਥੋਂ ਹੀ ਮਾਲ ਲੈਣਾ ਮੈਂ। ਅੱਛਾ ਅੱਛਾ, ਮੈਂ ਕੋਈ ਅੱਲਾ ਮਾਫੀ ਤੇ ਗੱਡੀ 'ਚੋਂ ਕੱਢ ਕੇ ਨਹੀਂ ਦੇਣਾ। ਅੱਛਾ ਜੀ, ਮਾਲ ਫਰੈਸ਼ ਚਾਹੀਦਾ ਜੀ? ਮਾਲ ਤੁਹਾਨੂੰ ਫਰੈਸ਼ ਮਿਲੇਗਾ ਜਨਾਬ। ਠੀਕ ਹੈ ਜੀ, ਹਾਂਜੀ। ਤੁਹਾਡੀ ਮੇਰੀ ਡਾਲ ਹੋ ਗਈ 570 ਰੁਪਏ ਦੇ ਹਿਸਾਬ। 570 ਰੁਪਏ ਕਿਲੋ ਦੇ ਹਿਸਾਬ ਨਾਲ? ਕਿਲੋ ਦੇ ਹਿਸਾਬ। ਇਹ ਵੀ ਲਿਖ ਲੈਣਾ, ਤੁਹਾਡੇ ਵਰਗਾ ਬੰਦਾ ਭੁੱਲ ਜਾਂਦਾ ਹੁੰਦਾ। ਨਹੀਂ ਨਹੀਂ, ਛੱਡ ਦਿਓ। ਅੱਗੇ ਤੁਸੀਂ ਘਰੋਂ ਦੌੜ ਕੇ ਆਏ ਹੋ, ਤੁਸੀਂ ਟਰੈਕ ਸੂਟ ਪਾਇਆ। ਅੱਛਾ ਜੀ, ਗੋਸ਼ਤ ਲੈਣ ਆਏ ਹੋ ਕਿ ਤੁਸੀਂ ਮਤਲਬ ਇੱਥੋਂ ਲਾਸ਼ ਲੈਣ ਆਏ ਹੋ? ਆ ਲਾਸ਼ ਹੀ ਹੋਰ ਮਤਲਬ ਕੀ ਹੈ ਭਾਜੀ? ਜ਼ਿੰਦਾ ਗੋਸ਼ਤ ਹਲਾਲ ਕੀਤਾ? ਹਲਾਲ ਕੀਤਾ। ਇਹਨਾਂ ਗੱਲ ਕਰੋ, ਉੱਠ ਕੇ ਕਿੱਕਾ ਮਾਰਦਾ, ਲੱਤਾਂ ਹੀ ਆ ਸਿਰਫ, ਚੈਸਟ ਉਧਰ ਪਰਲੇ ਪਾਸੇ ਆ। ਮਾਸ਼ਾਅੱਲਾ, ਇਹ ਬਰੂਸ ਲੀ ਜਿਹਾ ਕੀਤਾ ਤੁਸੀਂ, ਕਿੱਕਾ ਮਾਰਦਾ ਹੈ ਭਾਜੀ। ਤੁਸੀਂ ਗੱਲਾਂ ਕਿਸ ਤਰ੍ਹਾਂ ਦੀਆਂ ਕਰਦੇ? ਤੁਸੀਂ ਗੋਸ਼ਤ ਲੈਣਾ ਕਿ ਨਹੀਂ? ਤੁਸੀਂ ਜਿਹੋ ਜਿਹਾ ਕਰਾਉਂਦੇ ਬਹੁਤ ਜੀਆਂ ਕਰਾਉਂਦੇ। ਅੱਛਾ, ਗੱਲ ਇਹ ਆ। ਹਾਂਜੀ, 4 ਮਣ ਗੋਸ਼ਤ ਭਾਜੀ ਮਿਲ ਜਾਏਗਾ ਜਨਾਬ? ਡਨ ਜੀ। ਹਾਂਜੀ, ਮਿਲ ਜਾਏਗਾ। 4 ਮਣ ਸਾਫੀ ਗਰਦਨਾ ਚਾਹੀਦੀਆਂ ਮੈਨੂੰ। 4 ਮਣ ਸਾਫੀ ਗਰਦਨਾ? ਸਿਰਫ ਗਰਦਨ? ਚੰਗੇਜ਼ ਖਾਨਦਾਨ ਨਾਲ ਤਲਕ ਆ ਤੇਰਾ? ਨਹੀਂ, ਤੁਸੀਂ ਗੋਸ਼ਤ ਨਹੀਂ ਵੇਚਦੇ? ਗੋਸ਼ਤ ਹੀ ਵੇਚਨੇ ਭਾਜੀ। ਤੇ ਗਰਦਨ ਕਿਤੇ ਗੋਸ਼ਤ ਨਹੀਂ ਹੁੰਦੀ? ਮੈਂ ਆਲੂਆਂ ਚ ਹੁੰਦੀ। ਮੇਰਾ ਮਤਲਬ ਇਹ ਤੇਰੀਆਂ ਚੰਦ ਗਰਦਨਾ ਵਾਸਤੇ ਆ ਸਾਰੀਆਂ ਮੁਰਗੀਆਂ ਦੇ ਵਿੱਚੋਂ ਗਰਦਨਾ ਕੱਢ ਕੇ ਤੇ ਬਾਕੀ ਗੋਸ਼ਤ ਨੂੰ ਮੈਂ ਕਰਨਾ? ਉਹੀ ਵੇਚੋ ਤੁਸੀਂ, ਦੁਕਾਨ ਵੇਚਣ ਲਈ ਨਹੀਂ ਖੋਲੀ। ਗਰਦਨਾ ਵੇਚੋ ਕਿ ਨਹੀਂ ਵੇਚਦੇ? ਵੇਚਦੇ ਆ। ਤੇ 4 ਮਣ ਕੱਢੋ ਨਾ ਫਿਰ। ਮਤਲਬ ਤੁਸੀਂ ਤੇ ਮੰਗਦੀ ਆ 4.5 ਮਣ ਮੰਗੀਆਂ? ਹਾਂਜੀ, 4.5 ਮਣ ਮੰਗੀਆਂ ਤੁਸੀਂ। ਅਸਲ ਦੇ ਨਾ ਸਾਡੇ ਹੈਗਾ ਉੱਥੇ ਉਰਸ। ਅੱਛਾ ਜੀ, ਤੇ ਬਾਬਾ ਜੀ ਨੇ, ਬਾਬਾ ਕੁੱਕੜ ਸਾਈਂ। ਅੱਛਾ ਜੀ, ਉਹਨਾਂ ਨੇ ਕਿਹਾ ਸੀ ਕਿ ਜੀ ਗਰਦਨਾ ਪਾਉਣੀਆਂ ਜਦੋਂ ਵੀ ਉਸ ਕਰਾਉਣਾ, ਦਾਲ ਪਕਾਉਣੀ ਨਾ। ਹਾਂਜੀ, ਤੇ ਉਹ ਗਰਦਨਾ ਪਾਉਣੀਆਂ ਤੇ ਉਹ ਬਾਬਾ ਜੀ ਨੂੰ ਕਹੋ ਕਿਤੇ ਮਤਲਬ ਇੱਕ ਵਾਰੀ ਪੂਰਾ ਗੋਸ਼ ਬੈ ਜੀ ਬਾਬਾ ਜੀ ਨਾਲ ਖਾਬ ਦੀ ਚਪੇੜਾ ਮਾਰੀ। ਉਹਨਾਂ ਕੋਲ ਸਾਈਕਲ ਤੁਸੀਂ ਲੈ ਲਵੋ ਤੇ ਰਹੀਂ ਯਾਰ ਖਾਂ ਤੱਕ ਜਾਓ ਤੇ ਤੁਹਾਨੂੰ ਗਰਦਨਾ ਹੀ ਗਰਦਨਾ ਮਿਲ ਜਾਣਗੀਆਂ। ਉੱਥੇ ਕਾਫੀ ਦੁਕਾਨਾਂ ਰਾਹ 'ਚ ਆਉਂਦੀਆਂ ਨਾ। ਰੇਮਯਾਰ ਖਾਂ ਕਿੱਥੇ ਮਸ ਗਏ? ਉਹ ਤੇ ਗਰਦਨਾ ਕਿੱਥੇ? ਰੇਮਯਾਰ ਖਾਂ ਨੂੰ ਸਾਦਕਾਬਾਦ ਸਾਰੇ ਸ਼ਹਿਰ ਆਉਂਦੇ ਆ। ਸਾਈਵਾਲ ਆਉਂਦਾ, ਉਹ ਕਾੜਾ ਆਉਂਦਾ, ਰਨਾਲਾ ਆਉਂਦਾ। ਤੇ ਵਾਪਸ ਆ ਗਏ ਤੇ ਉਸ 3 ਦਿਨ ਹੋ ਗਏ ਮੁੱਕਿਆ ਹੋਵੇ। ਹੈ ਭਾਈ ਜੀ, ਤੁਸੀਂ ਲੈਣਾ ਕੀ ਹੈ? ਗਰਦਨਾ ਚਾਹੀਦੀਆਂ ਸਾਫੀ 4 ਮਣ। 4 ਮਣ? ਹਾਂਜੀ। ਯਾਨੀ ਕਿ ਉਹ ਗਰਦਨਾ ਤੁਹਾਨੂੰ ਦੇ ਗਏ ਤੇ ਬਾਕੀ ਸਰਾਣੇ ਜੇ ਮੈਂ ਕੋਲ ਰੱਖ ਲਵਾਂ? ਭਾਈ ਨੂੰ ਕੋਲ ਨਾ ਰੱਖੋ, ਵੇਚੋ। ਮੈਂ ਤੁਹਾਨੂੰ ਭਾਜੀ, ਤੁਸੀਂ ਵੀ ਮਤਲਬ ਕੋ ਗਰਦਨਾ ਮੰਗਦੇ ਆ, ਜਿਹੜੇ ਗਾਹਕ ਬਾਕੀ ਉਹ ਵੀ ਮੰਗਦੇ ਆ। ਤੁਸੀਂ ਗੱਲ ਪਤਾ ਨਹੀਂ ਕਿਸ ਤਰ੍ਹਾਂ ਦੀ ਕਰਨ ਰਹੇ ਯਾਰ। ਯਾਰ ਤੇਰੀਆਂ 4 ਮਣ ਵੇਖੀਆਂ, ਉਹ ਪਈਆਂ ਰਹਿਣੀਆਂ ਦੀ ਫਾਇਦਾ? ਪਈਆਂ ਰਹਿਣੀਆਂ ਪਾਈਆ ਪਾਈਆ ਡੇਢ ਡੇਢ ਪਾ ਅੱਧਾ ਅੱਧਾ ਕਿਲੋ ਦਿੰਦੇ ਆ।
ਅੱਛਾ ਤੁਸੀਂ ਚਾਰ ਮਣ ਗੜਦਣਾ ਲੈਣ ਆ ਗਏ ਹੋ ਯਾਰ ਤੇਰੇ ਗੀਤੇਂ ਚੋਂ ਕਿਉਂ ਨੂੰ ਗੁਰਮਤ ਜਾ ਰਹੀ ਪਾਈਆ ਪਾਈਆ ਅੱਧਾ ਅੱਧ ਕਿਲੋ ਵੀ ਦੇਈ ਜਾਣਾ ਤੂੰ ਚਾਰ ਮਣ ਕਹਿਣ ਦਿਆ ਮੈਨੂੰ ਤੁਹਾਡੀ ਅਮੀਰਤ ਵੀ ਨਜ਼ਰ ਆ ਰਹੀ ਹੈ ਸਿਰਫ ਗੜਦਣਾ ਹੀ ਲੈਣ ਆਏ ਤੇ ਫਿਰ ਗੜਦਣ ਦਾ ਕੀ ਰੇਟ ਹੈਗਾ ਦੱਸ ਛੱਡ ਦੇ ਸਾਰੀ ਗੱਲ ਗੜਦਣਾ ਦਾ ਰੇਟ ਕੀ ਹੈ 350 ਰੁਪਏ ਯਾਰ ਮੈਂ ਦੱਸਦਾ ਪਿਆ ਨਾ ਸਾਗ ਮੇਰਾ ਮੈਂ ਉਹਦੇ ਨਾਲ ਗੱਲ ਕਰ ਰਿਹਾ ਤੂੰ ਮੇਰਾ ਕਿਉਂ ਸਿਰ ਖਾ ਰਿਹਾ ਨਹੀਂ ਗੜਦਣਾ 350 ਰੁਪਏ ਇਹ ਮਿਸਰੀ ਗੜਦਣਾ ਲੰਮੀਆਂ ਲੰਮੀਆਂ ਹਾਂਜੀ ਉਹ ਮੈਕਸੀਆਂ ਵੀ ਪਾਈਆਂ ਵਾ ਇੰਜਨ ਵੀ ਕਰਦੀਆਂ ਆਹਾ ਇੰਜਨ ਵੀ ਕਰਦੀਆਂ ਐਵੇਂ ਦੁਕਾਨ ਭਾਈ ਬਾਹਰ ਆ ਕੇ ਇੰਜਨ ਵੀ ਕਰੀਓ ਚੰਗੇ ਭਲੇ ਪੈਸੇ ਕਟੂਗੇ ਇਹ ਕਿਹੜਾ ਗਾਹਕ ਆ ਤੁਸੀਂ ਮਤਲਬ ਕਿਹੜੇ ਮੱਥੇ ਲਾਤਾ ਸਿਰੇ ਸਿਰੇ ਲਿਆਓ ਉਹ ਤੁਹਾਨੂੰ ਕਿਹਾ ਸੀ ਨਾ ਇਹੋ ਜਿਹੇ ਗਾਹਕ ਆਏਗਾ ਹਾਂਜੀ ਕਢੋ ਗਰਦਨ ਚਾਰ ਮਨ ਮੇਰਾ ਭਰਾ ਲੇਟ ਨਾ ਕਰੋ ਉੱਥੇ ਨਾਈ ਬੈਠੇ ਪਕਾਣਾ ਪਕਾਣਾ ਉਹਨਾਂ ਉਹ ਨਾਈ ਅਜੇ ਤੱਕ ਉੱਥੇ ਬੈਠੇ ਨੇ ਘੋਟ ਕੇ ਖਲੋ ਮੈਂ ਗਰਦਨ ਲੈ ਕੇ ਆ ਰਿਹਾ ਉਹ ਫਿਰਨ ਤੁਰਨ ਥੋੜਾ ਜਿਹਾ ਰੋਟੀ ਖਾਦੀ ਹੈ ਗੈਸ ਕਰਾਉਣੀ ਹੈ ਰੋਟੀ ਨਾਲੇ ਪੱਕੀ ਨਹੀਂ ਖਾਣੀ ਕਿਥੋਂ ਰੋਟੀ ਭਾਜੀ ਤੁਹਾਡੇ ਘਰ ਚ ਨਹੀਂ ਪੱਕਦੀ ਯਾਰ ਤੂੰ ਗੋਸ਼ਤ ਵੇਚਦਾ ਕਿ ਨਹੀਂ ਵੇਚਦਾ ਮੈਂ ਗੋਸ਼ਤ ਹੀ ਵੇਚਦਾ ਗਰਦਨਾ ਵੇਚ ਦਿਓ ਆ ਭਾਜੀ ਗੋਸ਼ਤ ਹੀ ਪਿਆ ਵਾ ਹੋਰ ਮਤਲਬ ਇੱਥੇ ਵੱਟੇ ਪਏ ਕਿਲੋ ਕਿਲੋ ਦੇ ਜਾਂ ਮਤਲਬ ਇੱਟਾਂ ਪਈਆਂ ਰਿਓੜੇ ਪਏ ਆ ਤੂੰ ਚਾਰ ਮਣ ਗਰਦਨਾ ਕੱਢਦਾ ਤੇ ਮੇਰਾ ਭਰਾ ਦਾ ਰਿਲੈਕਸ ਹੋ ਦੇਖ ਯਾਰ ਉਹ ਕਰਕੇ ਚੰਗੀ ਸਾਫ ਸੁਥਰੀਆਂ ਉਹ ਸਾਡੇ ਕੋਲ ਇਹਨਾਂ ਮਾਲ ਨਹੀਂ ਹੈਗਾ ਮੰਗਵਾਉਣਾ ਪਏਗਾ ਜਨਾਬ ਅਸੀਂ ਮੰਗਵਾ ਦਿੰਨੇ ਆ ਹੁਣੇ ਤੇ ਮੁੰਡੇ ਕਹਿੰਦੇ 20 ਮਣ ਲੈ ਲਓ 20 ਮਣ ਲੈ ਲਓ ਦੁਕਾਨਾਂ ਸਾਡੀਆਂ ਕਾਫੀ ਨੇ ਅਸੀਂ ਜਾ ਕੇ ਉੱਥੋਂ ਇਕੱਠੀਆਂ ਕਰਨੀਆਂ ਲਿਆ ਸਪਲਾਈ ਚਾਰ ਮਣ ਗਰਦਨਾ ਵਾ ਕੋਈ ਇੱਕ ਗਰਦਨ ਨਹੀਂ ਤੂੰ ਭਾਈ ਨੂੰ ਮੁੰਡਾ ਚਲੋ ਨਾ ਮਗਾਓ ਸਪਲਾਈ ਮਗਾਓ ਮੁੰਡਾ ਭੇਜ ਦਿੰਦੇ ਓ ਕਾਕਾ ਚਾਰ ਮਣ ਗਰਦਨਾ ਓ ਨਾਸਰ ਕਿੱਥੇ ਆ ਨਾਸਰ ਰੋਟੀ ਖਾ ਰਿਹਾ ਨਾਸਰ ਰੋਟੀ ਖਾ ਰਿਹਾ ਜਦੋਂ ਦੇਖੋ ਰੋਟੀ ਖਾਂਦਾ ਜਦੋਂ ਦੇਖੋ ਰੋਟੀ ਪਤਾ ਨਹੀਂ ਹਵਾ ਲਾ ਚਾ ਹੋ ਜਾਂ ਉਹਦੀ ਘੰਟਾ ਪਹਿਲੇ ਜ਼ਮਾਨਤ ਹੋਈ ਆ ਜਾਂ ਮਾਂ ਪਕਾ ਕੇ ਨਹੀਂ ਦਿੰਦੀ ਯਾਰ ਤੂੰ ਕਾਦੀ ਜਾਂ ਆਟਾ ਗੁੰਨਣ ਤੇ ਬਾਜੀ ਦੇਰ ਲਾ ਦਿੰਦੀ ਆ ਉਹ ਤੈਨੂੰ ਕੀ ਮਸਲਾ ਓਏ ਓ ਕਿਸੇ ਤੰਦੂਰ ਤੇ ਲੱਗ ਜਾ ਮੈਂ ਤੁਹਾਨੂੰ ਦੱਸਾਂ ਜੀ ਭਾਈ ਚਾਰ ਮਣ ਗਰਦਨਾ ਓ ਭਾਜੀ ਚਾਰ ਮਣੀ ਆ ਤੁਸੀਂ ਤੇ ਪਾਣਾ ਪੜਨ ਲੱਗੇ ਚਾਰ ਮਣ ਚਾਰ ਮਣ ਚਾਰ ਮਣ ਕਰੋ ਤਿਆਰ ਰੈਡੀ ਕਰੋ ਮਾਲ ਵਿੱਚ ਤਿਆਰ ਉਹਨਾਂ ਨੂੰ ਸੁਰਖੀ ਸਰਖੀ ਲਾਓ ਤਿਆਰ ਕਰੋ ਜੁੱਤੀ ਪਾਓ ਨਾਲ ਉਹਨਾਂ ਨੂੰ ਨੱਥ ਵੀ ਪਾ ਦੇਣਾ ਗਰਦਨਾ ਵਾ ਅੱਗੇ ਮੂੰਹ ਤੋਂ ਕਰਾ ਪਹਿਲੇ ਮੇਰੇ ਗੋਸ਼ ਰਹਿੰਦੀ ਹੈ ਨਿਕਾਹ ਕਰਾ ਲਈਏ ਪਹਿਲੇ ਹਾਂ ਇਹ ਰੁਖਸਤੀ ਕਰਨੀ ਤੂੰ ਗੋਸ਼ ਕੀ ਮਤਲਬ ਹੈ ਮੇਰਾ ਭਰਾ ਇਹ ਗਰਦਨਾ ਦੀ ਰੁਖਸਤੀ ਹੁੰਦੀ ਅੱਜ ਤੱਕ ਦੇਖੀ ਹੈ ਤੇਰੇ ਜ਼ਿਹਨ 'ਚ ਨਾ ਕੋਈ ਹੋਰ ਗੱਲ ਫਸੀ ਮੈਂ ਗੋਸ਼ ਲੈਣ ਆਇਆ ਓ ਯਾਰ ਅਸੀਂ ਗੋਸ਼ਤੀ ਦੇਣਾ ਤੁਹਾਨੂੰ ਅਸੀਂ ਇੱਥੇ ਪਿੰਜਣੀ ਤੇ ਆਏ ਰੂਣ ਲੈਣਾ ਹੁਣ ਚਾਰ ਮਣ ਕੱਢ ਕਰਦਣਾ ਮੇਰਾ ਭਰਾ ਤੇਰੇ ਇਕੱਲੇ ਵਾਸਤੇ ਚਾਰ ਮਣ ਗਰਦਨਾ ਕੱਢ ਕੇ ਦੇਣਾ ਬਾਕੀ ਗੋਸ਼ਤ ਮੈਂ ਕਿਵੇਂ ਵੇਚਾਂਗਾ ਜਿਵੇਂ ਸਾਰੀ ਦਿਹਾੜੀ ਵੇਚ ਲਾਉਂਦੀ ਵੇਚ ਓ ਯਾਰ ਉਹ ਨਹੀਂ ਵੇਚਦੇ ਉਹ ਸਰਾਣੇ ਜੇ ਮੈਂ ਕਿੱਥੇ ਲੈ ਕੇ ਜਾਣੇ ਓ ਯਾਰ ਤੂੰ ਗਰਦਨਾ ਤੋਂ ਬਗੈਰ ਵੇਚੀ ਜਾਣਾ ਉਹਨਾਂ ਨੇ ਗਰਦਨ ਨੂੰ ਹਾਰ ਪਾਉਣੇ ਉਹਨਾਂ ਨੇ ਓ ਯਾਰ ਮੈਂ ਨਹੀਂ ਵੇਚਣਾ ਯਾਰ ਜਾ ਯਾਰ ਕੰਮ ਕਰ ਜਾ ਕੇ ਮੈਂ ਨਹੀਂ ਦੇਣਾ ਗੋਸ਼ਤ ਤੂੰ ਨਹੀਂ ਜਾਣਾ ਜਾ ਕਿਸੇ ਹੋਰ ਦੁਕਾਨ ਤੋਂ ਲੈ ਜਾ ਕੇ ਜਾਵੇ ਜਾ ਯਾਰ ਆਪਣਾ ਕੰਮ ਕਰ ਯਾਰ ਜਾ ਕੇ ਤਾਂ ਇੰਜ ਹੀ ਕਾਰੋਬਾਰ ਫੇਰ ਬੰਦ ਹੁੰਦਾ ਹੀ ਤੇ ਕਾਰੋਬਾਰ ਬੰਦ ਆ ਵੀ ਹੁੰਦਾ ਤੂੰ ਨਾਗੇ ਵਾਲਾ ਨਹੀਂ ਸ਼ੁਕਰੀਆ ਕਰ ਰਿਹਾ ਤੂੰ ਇਹਦਾ ਕਿਤੇ ਫੂਡ ਇਨਸਪੈਕਟਰ ਹਾਂ ਗਾਗ ਆਇਆ ਨਹੀਂ ਮੁੜੀ ਤਾਂ ਯਾਰ ਗੋਸ਼ਤ ਲਾ ਕੇ ਆ ਤੂੰ ਗੋਸ਼ਤ ਲੈ ਕੇ ਜਾ ਯਾਰ ਕਰ ਚਾਰ ਮਣ ਗਰਦਨਾ ਕੱਢ ਉਠੋ ਚਾਰ ਮਣ ਗਰਦਨਾ ਕੱਢ ਮੈਂ ਥੱਲੇ ਰੱਖੀਆਂ ਮੈਂ ਗਲਾਸ ਦੇ ਵਿੱਚ ਰੱਖੀਆਂ ਉਹ ਫੜ ਮੁਰਗੀਆਂ ਉਥੋਂ ਮੁਰਗੀਆਂ ਫੜ ਮੁਰਗੀਆਂ ਮਤਲਬ 120 ਤੇ ਜਾਣ ਦੀਆਂ ਫੜਾ ਉਹਨਾਂ ਨੂੰ ਹੈ ਆ ਮੁਰਗੀਆਂ ਫੜ ਫੜ ਨਾ ਉਹ ਯਾਰ ਇੰਨਾ ਮਾਲ ਨਹੀਂ ਹੈਗਾ ਸਾਡੇ ਕੋਲ ਭਾਜੀ ਪੋਟੇ ਲੈ ਜਾਓ ਲੈ ਜਾਣੇ ਦੇ ਕੀ ਹੈ ਪੋਟੇ ਲੈ ਜਾਓ ਤੇ ਪੋਟੇ ਵੀ ਤਾਂ ਮੁਰਗੀ ਤੋਂ ਨਿਕਲਣੇ ਤੇ ਬਾਬਾ ਕੁੱਕੜ ਸਾਈ ਪੋਟੇ ਨਹੀਂ ਖਾਂਦਾ ਨਹੀਂ ਭਾਈ ਉਹਨਾਂ ਨੇ ਕਹਿੰਦੀ ਗਰਦਨਾ ਪਾਉਣੀ ਹੈ ਸਿਰਫ ਕਾਜ ਯਾਰ ਗਰਦਨਾ ਹੈ ਜੀ ਆ ਪੋਟੇ ਹੈਗੇ ਆ ਲੈ ਜਾਓ ਭਾਜੀ ਥੋੜਾ ਜਿਹਾ ਲੈ ਜਾਓ ਬਾਕੀ ਕੱਲ ਲੈ ਜਾਣਾ ਚਾਰ ਮਣ ਆਇਆ ਉਹ ਇਸ ਤਰ੍ਹਾਂ ਹੌਲੀ ਹੌਲੀ ਲਿਆ ਕੇ ਚਾਰ ਮਣ ਆਉਣੇ ਭਾਜੀ ਤਾਂ ਗਰਦਨਾ ਵੀ ਚਾਰ ਮਣ ਕਰਨਾ ਮਿੰਟ ਲਾ ਉਹ ਯਾਰ ਮੈਂ ਨਹੀਂ ਵੇਚਣੀ ਯਾਰ ਗਰਦਨਾ ਹੈ ਮੈਂ ਨਹੀਂ ਵੇਚਣੀ ਗਰਦਨਾ ਮੈਂ ਨੇ ਬੋਥ ਮੈਂ ਬਾਕੀ ਕਿਹਨੂੰ ਦੇਣਾ ਜੇ ਪਿਓ ਦਾ ਅੱਗੇ ਤੋਂ ਗਰਦਨਾ ਨਾ ਵੇਚੀ ਤੇ ਯਾਰ ਪਿਓ ਦਾ ਹੀ ਆ ਹੋਰ ਮੈਂ ਚਾਹ ਵੀ ਸ਼ੀਰ ਦਾ ਵਾ ਤੇ ਕੱਢ ਗਰਦਨਾ ਚਾਰ ਮਣ ਯਾਰ ਜਾ ਕੰਮ ਕਰ ਜਾ ਕੇ ਚਾਰ ਗਰਦਨਾ ਕੱਢ ਜ਼ਬਰਦਸਤੀ ਕੱਢਣੀ ਆ ਯਾਰ ਗਰਦਨਾ ਨਹੀਂ ਚਾਰ ਮਣ ਚਾਰ ਮਣ ਇੱਥੇ ਲੁਕੋ ਕੇ ਰੱਖੀਆ ਨਹੀਂ ਹੈਗੀ ਮੇਰੇ ਕੋਲ ਜਿਬਾ ਘਰ ਮੁਰਗੀ ਦੇ ਚਾਰ ਮਣ ਫਰੈਸ਼ ਗਰਦਨਾ ਦਿਓ ਭਾਈ ਜੀ ਆ ਸਾਡੇ ਕੋਲ ਲੈਗ ਪੀਸ ਹੈਗਾ ਵਾ ਗੋਸ਼ਤ ਲੈ ਜਾਓ ਸਾਡੇ ਕੋਲ ਪਰ ਹੈਗੇ ਲੈਗ ਮੈਂ ਨਹੀਂ ਮੈਂ ਫੁੱਟਬਾਲ ਖੇਡਣਾ ਹੈ ਲੈਗ ਮੈਂ ਕੀ ਕਰਨੇ ਆ ਪਰ ਲੈ ਜਾਓ ਨਾਲੇ ਮਹਿੰਦੀ ਵੀ ਲਾ ਲੈਣਾ ਨਾਲੇ ਅੰਗੂਠੀ ਪਾ ਦੇਣਾ ਇਹਨੂੰ ਚੱਲ ਮੇਰਾ ਭਰਾ ਯਾਰ ਮੈਂ ਨਹੀਂ ਆ ਸਦਾ ਦਿੱਤੀ ਕਿਸੇ ਨੂੰ ਲੱਤਾਂ ਲਾ ਕੇ ਰੱਖੀ ਉਹਨਾਂ ਨੇ ਕੀ ਗੱਲ ਇਹ ਭਾਜੀ ਮੁਜਰਮ ਕੁੱਕੜ ਸੀ ਅੱਛਾ ਹਾਂਜੀ ਇਹ ਲੋਕਾਂ ਦੇ ਸਾਈਕਲ ਚੁੱਕਦਾ ਸੀ ਮੈਂ ਲੱਤਾਂ ਲਾ ਕੇ ਰੱਖਦੀਆਂ ਮੈਂ ਕਿ ਹੁਣ ਨਹੀਂ ਜਾਣਗੇ ਤੂੰ ਦੁਕਾਨਦਾਰ ਆ ਕਿ ਜਲਾਦ ਆ ਯਾਰ ਮੈਂ ਨਹੀਂ ਵੇਚਣਾ ਗੋਸ਼ਤ ਯਾਰ ਤੂੰ ਕਿਉਂ ਕਿਸੇ ਦੀ ਗੱਲਾਂ ਕਰ ਰਿਹਾ ਯਾਰ ਚਾਰ ਮਣ ਗਰਦਨਾ ਮੇਰਾ ਭਰਾ ਫਰੈਸ਼ ਮੇਰਾ ਭਰਾ ਤੂੰ ਅੱਗੇ ਹੋ ਕਿਤੇ ਮੈਂ ਇੱਥੋਂ ਨਹੀਂ ਮਿਲਣੀ ਆ ਕਿਤੇ ਹੋਰ ਜਾ ਕੇ ਲਓ ਯਾਰ ਹੈ ਹੋਰ ਕਿਤੇ ਜਾ ਕੇ ਲੈ ਹੋਰ ਕਿਥੋਂ ਮੈਂ ਲੈ ਲਵਾਂ ਉਹ ਜਾ ਯਾਰ ਮੈਨੂੰ ਘੁੱਟ ਪਾਣੀ ਪਿਆ ਮੇਰਾ ਤਾਂ ਗਲਾ ਖੁਸ਼ ਕਰਦਾ ਨੇ ਯਾਰ ਤੂੰ ਬੜੀ ਕੁਆਲੀ ਕਰਨ ਰਿਹਾ ਗਲਾ ਖੁਸ਼ ਹੋ ਗਿਆ ਤੇਰਾ ਕੁਆਲੀ ਕੀ ਪਿੱਛੇ ਤੇਰਾ ਕੋਰਸ ਬੈਠਾ ਚੱਲ ਫਿਰ ਕੱਢ ਗਰਦਨਾ ਚਾਰ ਮਾਰ ਮੇਰਾ ਭਰਾ ਨਾ ਦੇਰ ਨਾ ਕਰ ਮੈਂ ਜਾਣਾ ਯਾਰ ਉਹ ਯਾਰ ਤੂੰ ਤਾਂ ਇੰਜ ਵੀ ਜਿਵੇਂ ਮੈਂ ਤੇਰੀ ਚੁੱਕ ਲੈਂਦੀਆਂ ਗਰਦਨਾ ਕਿਤੇ ਜਿਹੜੀਆਂ ਮੈਂ ਗਰਦਨਾ ਕੱਢਾਂ ਕੱਲ੍ਹ ਫੋਨ ਉੱਥੇ ਮੰਗਾ ਮਾਲ ਗਾਹਕ ਆਇਆ ਨਹੀਂ ਮੁੜੀ ਦਾ ਹੁੰਦਾ ਭਾਜੀ ਮੈਂ ਫੋਨ ਕੀਤਾ ਸੀ ਮਾਲ ਉੱਥੇ ਹੈ ਨਹੀਂ ਮਾਲ ਸਾਨੂੰ ਇਕੱਠਾ ਕਰਨਾ ਪੈਣਾ ਦੁਕਾਨਾਂ ਤੋਂ ਮੈਂ ਤੈਨੂੰ ਸਹੀ ਕਹਿ ਰਿਹਾ ਜਾ ਆਪਣਾ ਕੰਮ ਕਰ ਯਾਰ ਜਾ ਉਹ ਗਰਦਨਾ ਨਹੀਂ ਉਹ
मेहरबानी गर्दना लाई जान डे मेरा मतलब है की इन्हों का कोई जुर्म ओनू सजाए मौत देनी गर्दना लाई जान डे मेरी मन के तुरया गर्दना कादे बत रही जा रहे हैं चार मन दा गाह तेरे को 1.5 साल नहीं होना तू उनको पलेदारी करानी है भी गर्दना जेड़ी है मतलब ऐ करके हां लगदा पहली बारी तेरे को मन वाला गाह आया तू पहले कमाल वाली गल है यार पहली बारी सारे को माल आंदा रहंदा वा गाह आंदे लेकिन तेरे वरगा गाह मैं नहीं देखया नहीं ना देखया नहीं आज मैं तेनु बहाता ही फिर तेरा रिकॉर्ड टूटा ही है एनु समझा लो यार मैं तेनु कह रहे हैं कि आज भी कह रहे हैं कि चला जा यार हैं जा चला जा मैं तेनु कह रहे हैं जा चला जा पठे कमजोर बाबा जी की प्रॉब्लम बाबा नहीं गर्दना खांदा साडा बाबा तो गर्दना खांदा थोड़ी ही खांदा थोड़ी ही खांदा नहीं खांदा चलो बीमार है बाबा जी बस बाबा जी जरा बीमार हो गए असं भी समझते थोड़े बाबा जी कोई दिल करता खाने असं उन्होंने दे देंगे लेकिन यह है कि यह जी चीज़ है ना मैं नहीं कर सकता कला जरा ना गोश्त तुम लै जाओ असं गर्दना नहीं दे सकते गर्दना भी खा मैं गोश्त भी लैके जाऊँ मेरा दिमाग खराब है तेरिया गर्दना पतले मैं गोश्त इतने सुट देव वो चंगी गल है यार गाहक कल गर्दना का गाहक है ये तो नहीं भी गाहक जो मतलब सारे गोश्त का गाहक है सारे गोश्त का गाहक नहीं है देखो कि लोग गाहक खड़े यार तेरे वास्ते सारे गाहक रुके बंदे है सारे बंदे चार मन मतलब कां चिड़िया बैठे माल पिया ना तेरे को माल बहुत है भी पिया ना क्या
ਇਹਨਾਂ ਦੀਆਂ ਧੌਣਾ ਲਾ ਕੇ ਸੁਣਦਾ ਨਾ ਮੇਰੀ ਗੱਲ ਧੌਣਾ ਲਾ ਕੇ ਇਹਨਾਂ ਤੋਂ ਮੂੰਹ ਪਰੇ ਨੂੰ ਕਰਕੇ ਨਾ ਤੇ ਰੱਖਦੇ ਗਾਹ ਨੂੰ ਕੀ ਪਤਾ ਹੈ ਧੌਣ ਕੇ ਭਾਜੀ ਇਹ ਮੁਰਗੀਆਂ ਵਾਂ ਕਿ ਖੁੱਸੇ ਨਹੀਂ ਹੈ ਜਿਹੜੇ ਮੈਂ ਸ਼ੋਕੇ ਚ ਐ ਕਰਕੇ ਰੱਖ ਦਵਾਂ ਐ ਕਰਕੇ ਰੱਖ ਦਵਾਂ ਸਮਝ ਆਈ ਨਾ ਅੱਛਾ ਉੱਥੇ ਮੁਰਗੀਆਂ ਦੀ ਧੌਣਾ ਨਹੀਂ ਤੇ ਮੁਰਗੀਆਂ ਦੇ ਜੇ ਮਤਲਬ ਐ ਕਰਨਾ ਹੋਵੇ ਐ ਕਰਨਾ ਹੋਵੇ ਤੇ ਉਹ ਕਿਵੇਂ ਕਰਨਗੀਆਂ ਯਾਰ ਉਹ ਕਿਵੇਂ ਕਰਨਗੀਆਂ ਤੇ ਮੈਂ ਹੁਣ ਕਿੱਥੇ ਜਾਵਾਂ ਚਾਰ ਮਨ ਲੈ ਉਹ ਕਰਨਾ ਕਰਨਗੀਆਂ ਕਕਾ ਉਹ ਕਰਨਗੀਆਂ ਜਿੱਡਾ ਅੱਛਾ ਤੂੰ ਕਰ ਰਿਹਾ ਲੱਗਦਾ ਤੇਰੀ ਔਲਾਦ ਆ ਸਾਰੀ ਉਹ ਯਾਰ ਯਾਰ ਦੱਲਾ ਕਿਥੋਂ ਦੀਆਂ ਕਰਦੇ ਯਾਰ ਸੀਲ ਕੁਕਰ ਦਾ ਸਾਰਾ ਹੁੰਦਾ ਚਲ ਮੇਰਾ ਭਰਾ ਕੰਮ ਕਰ ਕੰਮ ਕਰ ਕਰਨ ਤੇ ਡਿਆ ਕੰਮ ਆ ਗੋਸ਼ਤ ਕੱਟਣ ਡਿਆ ਵਾ ਸਾਡਾ ਗੋਸ਼ਤ ਦਾ ਕੰਮ ਯਾਰ ਸਵੇਰੇ ਸਵੇਰੇ ਕਿੱਥੋਂ ਮੱਥੇ ਆ ਗਏ ਭਾਜੀ ਜਾਓ ਗਰਦਨ ਗੋਸ਼ਤ ਨਹੀਂ ਆਉਂਦੀ ਗੋਸ਼ਤ ਗਰਦਨ ਆਉਂਦੀ ਆ ਹਾਂ ਲੇਕਿਨ ਕੱਲੀ ਗਰਦਨ ਨਹੀਂ ਮਿਲਦੀ ਭਾਜੀ ਮੈਂ ਤੇਰੀ ਮਸਰੂਫੀਅਤ ਵੇਖ ਰਿਹਾ ਤੂੰ ਡੇਢ ਘੰਟੇ ਤੋਂ ਵੇਲਾ ਤੂੰ ਕੌਣ ਹਾਂ ਤੇਰਾ ਵਿਗਣਾ ਨਹੀਂ ਪਿਆਰਾ ਨਹੀਂ ਓਏ ਐਵੇਂ ਪਿਆਰਾ ਨਾ ਯਾਰ ਹਾਂ ਆਦਾ ਗੋਸ਼ਤ ਇੰਨਾ ਵਗਿਆ ਰਹਿ ਗਿਆ ਬਸ ਆਰਡਰ ਦਾ ਹੋਟਲ ਦਾ ਗੋਸ਼ਤ ਹੈ ਹੋਟਲ ਦਾ ਹਾਂਜੀ ਤੇਰਾ ਆਪਣਾ ਕਿੱਥੇ ਆ ਆਪ ਇਹ ਹੋਟਲ ਦਾ ਤੂੰ ਮੇਰੇ ਨਾਲ ਗੋਸ਼ਤ ਨਹੀਂ ਲੈ ਸਕਦਾ ਜਾ ਕੰਮ ਕਰ ਜਾ ਕੇ ਜਾ ਲਿਆ ਚਾਰ ਮਿੰਟ ਕਰ ਪਤਾ ਵੀ ਮੈਂ ਆਪਣੀ ਮਾਂ ਦਾ ਕੱਲਾ ਕੱਲਾ ਪੋਤਾ ਕੋ ਹਯਾ ਕਰ ਯਾਰ ਹੈ ਹਾਂ ਤੇ ਮੈਂ ਤੈਨੂੰ ਕੀ ਗਿਆ ਪਰਚਾ ਕਰਾ ਤਾ ਮੇਰਾ ਗੋਸ਼ਤ ਮੰਗਣ ਨੇ ਹੈ ਮੇਰਾ ਗੋਸ਼ਤ ਤੂੰ ਇੱਕ ਚੁਟਕੀ ਦੀ ਖਾ ਸਕਦਾ ਅੱਛਾ ਚਾਰ ਮੇਰਾ ਭਰਾ ਗਰਦਨਾ ਚਾਰ ਮਨ ਉਹ ਯਾਰ ਗਰਦਨਾ ਤੇ ਰੱਟ ਲਾਈ ਆ ਗਰਦਨਾ ਤੇ ਰੱਟ ਲਾਈ ਆ ਕਿਹੜਾ ਜੁਰਮ ਕਰਤਾ ਕੁਕੜੀਆਂ ਨੇ ਤੁਹਾਡਾ ਜਿਹੜਾ ਉਹਨਾਂ ਦੀਆਂ ਗਰਦਨਾ ਲੈਣ ਆ ਗਏ ਆ ਤੇ ਮੈਂ ਗਰਦਨਾ ਦਾ ਕਹਿ ਕੇ ਚੱਲਿਆ ਉਹਨਾਂ ਨੇ ਉਹੀ ਲੈ ਕੇ ਜਾ ਮੁਰਗੀ ਮੁਰਗੀਆਂ ਤੁਹਾਡੀਆਂ ਮੰਜੀਆਂ ਚੁੱਕ ਆਏ ਨੇ ਮਰਜ਼ੀਆਂ ਮੁਰਗੀਆਂ ਤੁਹਾਡੇ ਖੇਸ ਕੱਲ ਤੇ ਤਲਾ ਲਾਏ ਲੈ ਨੇ ਹਾਂ ਹਾਂਜੀ ਕੀ ਮੁਰਗੀਆਂ ਨੇ ਜੁਰਮ ਕੀਤਾ ਉਹਦੇ ਧੌਣਾ ਹੀ ਲੈਣ ਆ ਗਿਆ ਤੂੰ ਐਡਾ ਜ਼ਾਲਮ ਅੱਛਾ ਮੇਰਾ ਖਿਆਲ ਹੈ ਤੂੰ ਸਾਰਾ ਦਿਨ ਬਕਵਾਸ ਕਰਕੇ 9 ਵਜੇ ਨਾਲ ਦੁਕਾਨ ਬੰਦ ਕਰ ਦੇਣਾ ਯਾਰ ਦੇਖੋ ਯਾਰ ਉਹ ਨਾ ਤੂੰ ਲੈਣਾ ਨਾ ਦੇਣਾ ਹੈ ਐਵੇਂ ਮੇਰਾ ਸਿਰ ਖਾਣ ਆ ਗਿਆ ਯਾਰ ਤੈਨੂੰ ਪਤਾ ਮੈਂ ਕੁਝ ਨਹੀਂ ਲੈਣਾ ਓ ਯਾਰ ਮੈਂ ਚਾਰ ਦੇਣੇ ਮੈਂ ਤੈਨੂੰ ਚਾਰ ਮਣ ਗਰਦਣਾ ਨਹੀਂ ਹੈ ਵੀ ਸਾਡੇ ਕੋਲ ਮੈਂ ਨਹੀਂ ਦੇਣੀਆਂ ਗਰਦਣਾ ਚਾਰ ਮਣ ਨਹੀਂ ਹੈਗੀਆਂ ਨਹੀਂ ਚਲ ਯਾਰ ਲੈਗ ਪੀਸ ਲੈ ਲਓ ਇਹ ਚ ਚੌਲ ਪਾ ਲਓ ਲੈਗ ਪੀਸ ਲੈ ਲਓ ਉਹਨਾਂ ਨੂੰ ਮਤਲਬ ਐ ਕਰਕੇ ਬੋਟੀ ਲੈਗ ਪੀਸ ਕਾਦੇ ਲਈ ਲਾ ਲਓ ਮੈਨੂੰ ਐਕਸੀਡੈਂਟ ਹੋਇਆ ਮੇਰਾ ਹੱਡੀ ਟੁੱਟੀ ਮੇਰੀ ਯਖਣੀ ਪੀਣੀ ਮੈਂ ਨਾ ਤੂੰ ਗਰਦਣਾ ਨਾ ਤੇਰਾ ਮਣਕਾ ਟੁੱਟਾ ਹੈ ਗਰਦਣਾ ਲੈਣ ਆ ਗਏ ਆ ਦਾਲ ਚ ਪਾਉਣੀ ਆ ਮੈਂ ਬਾਜੀ ਮੈਂ ਗੋਸ਼ਤ ਨਹੀਂ ਦੇਣਾ ਠੀਕ ਹੈ ਕਿ ਨਹੀਂ ਤੁਸੀਂ ਬਾਬਾ ਜੀ ਨੂੰ ਜਾ ਕੇ ਸਾਡੇ ਹੱਥ ਜੋੜ ਦੋ ਬਾਬਾ ਜੀ ਦੇ ਪੈਰੇ ਪਵੋ ਹਾਂ ਠੀਕ ਹੈ ਬਲਕਿ ਪੈਰਾਂ 'ਚ ਹੀ ਰਹਿਣਾ ਤੁਸੀਂ ਕਿਉਂਕਿ ਮੱਥੇ ਲੱਗਣ ਵਾਲਾ ਤੁਹਾਡਾ ਵੈਸੇ ਕੰਮ ਨਹੀਂ ਹੈਗਾ ਰੁੱਧਿਆ ਜਾਏਗਾ ਮੈਂ ਤੈਨੂੰ ਸਹੀ ਕਹਿ ਰਿਹਾ ਕਿਉਂ ਸਿਰਫ ਆਪਣੀ ਗਰਦਨਾ ਦੀ ਖਾਤਰ ਨਾ ਬਾਬੇ ਤੇ ਰਾਜ਼ ਕਰਨੇ ਉਹ ਯਾਰ ਰੱਦੇ ਜਾਣਾ ਐਡਾ ਤੂੰ ਟਾਲੀ ਸਾਈਂ ਜਾ ਆਪਣਾ ਕੰਮ ਕਰ ਜਾ ਕੇ ਸਾਨੂੰ ਆਪਣਾ ਕੰਮ ਕਰਨ ਦੇ ਯਾਰ ਤੇਰਾ ਤੇ ਕੰਮ ਹੈਗਾ ਤੂੰ ਸਿਰੇ ਕੇਲੇ ਲਾ ਲੈਣੇ ਚਾਰ ਮਨ ਦਾ ਗਾਹਕ ਤੇਰੇ ਕੋ ਡੇਢ ਸਾਲ ਨਹੀਂ ਬਣਨਾ ਇੱਥੇ ਤੈਨੂੰ ਸਹੀ ਕਹਿ ਰਿਹਾ ਮੈਂ ਚਾਰ ਮਨ ਦਾ ਤੇ ਗਰਦਨਾ ਦਾ ਗਾਹਕ ਹਾਂ ਜਾ ਉਤੋਂ ਰਸੇ ਲੈ ਰਸੇ ਕਾਦੇ ਲਈ ਲੈ ਕਿਸੇ ਦੀ ਗਰਦਨ ਦਾ ਨਾਂ ਲਏਗਾ ਤੈਨੂੰ ਦੱਸੇਗਾ ਅਗਲਾ ਜਾ ਕੰਮ ਕਰ ਜਾ ਕੇ ਕੰਮ ਕਰ ਜਾ ਕੇ ਆ ਗਏ ਵੱਡੇ ਇੱਥੇ ਲੈ 10,000 ਤੇਰੇ ਕੋ ਮਾਲ ਪਿਆ ਨਹੀਂ ਕਰ ਰਹਾ ਓ ਯਾਰ ਮਾਲ ਪਿਆ ਮੇਰੇ ਅੰਦਰ ਪੇਟੀਆਂ ਬੰਦ ਪਈਆਂ ਕਿੰਨੋ ਪਏ ਅੰਬ ਪਏ ਆ ਗਰਦਨਾ ਮੈਂ ਕਹਿੰਦਾ ਨਹੀਂ ਹੈਗੀਆਂ ਮੇਰੇ ਕੋ ਭਾਜੀ ਗਰਦਨਾ ਨਹੀਂ ਕਿਹਾ ਜਾ ਆਪਣਾ ਕੰਮ ਕਰੋ ਜਾ ਕੇ ਓ ਵੇ ਗਰਦਨਾ ਹੈ ਨਹੀਂ ਗਰਦਨਾ ਜ਼ਿੰਦਾ ਮੁਰਗੀਆਂ ਦੀਆਂ ਵਿੱਚੋਂ ਖਿੱਚ ਦਵਾਂ ਹੈ ਏਡਾ ਤੂੰ ਕਿਤੇ ਲਾਡਲਾ ਮਾਂ ਪਿਓ ਦਾ ਪੁੱਤ ਜ਼ਿਬਾ ਕਰ ਚਾਰ ਮਨ ਫੜ ਮੇਰਾ ਭਰਾ ਉਹ ਜ਼ਿਬਾ ਕਰਕੇ ਦੇਣੀ ਹੈ ਸਾਡੇ ਕੋ ਚਾਰ ਮਨ ਨਹੀਂ ਹੈਗੇ ਯਾਰ ਯਾਰ ਤੂੰ ਮੇਰੇ ਨਹੀਂ ਹੈਗੇ ਯਾਰ ਸਾਡੇ ਕੋਲ ਜਾ ਯਾਰ ਕਿਤੇ ਕੰਮ ਕਰ ਯਾਰ ਜਾ ਨਹੀਂ ਹੈਗੇ ਤੇਰੇ ਕੋਲ ਭਾਜੀ ਤੁਸੀਂ ਜਾ ਆਪਣਾ ਕੰਮ ਕਰੋ ਯਾਰ ਜਾ ਕੇ ਵੇ ਲੈ ਵੇਖਿਆ ਤਾਂ ਕਹਿਣ ਦੇ ਚਾਰ ਮਨ ਚਾਰ ਮਨ ਗਰਦਣਾ ਗਰਦਣਾ ਹੀ ਕਹਿਣ ਦੀਆਂ ਮੈਂ ਤਾਂ ਲੱਗਦਾ ਚਿੜੀਆ ਘਰ ਚ ਗਰਦਨ ਦੇਣੀਆਂ ਦਫਾ ਹੋ ਗਏ ਤੇ ਜਾ ਕੰਮ ਕਰ ਜਾ ਕੇ ਨਹੀਂ ਚਲਣਾ ਤੇਰਾ ਕਾਰੋਬਾਰ ਕਿਸੇ ਜਾਨਵਰ ਦਾ ਝੂਠਾ ਖਾ ਕੇ ਆ ਗਿਆ ਸਿਰ ਸਿਰ ਜਾ ਕੰਮ ਕਰ ਯਾਰ ਜਾ ਕੇ ਚਾਰ ਨਹੀਂ ਵੇਚਣਾ ਮਾਰ ਚਾਰ ਮਨ ਦਾ ਆਰਡਰ ਸੋਚ ਉਹ ਚਾਰ ਮਨ ਗਰਦਣਾ ਹੀ ਆ ਗੋਸ਼ਤ ਨਹੀਂ ਨਾ ਗੋਸ਼ਤ ਵੇਚਣਾ ਸਿਰਫ ਮੈਂ ਗੋਸ਼ਤ ਵੇਚਣਾ ਸਾਰਾ ਹੁਣ ਮੈਂ ਅੰਡੇ ਵੀ ਵਿੱਚੇ ਦੇਣੇ ਆ ਮੈਂ ਹੁਣ ਮੈਂ ਇੱਥੇ ਬੈਠਾ ਨੂੰ ਸਾਰੀ ਡੈਡੀ ਕਿਸ ਨੂੰ ਗਰਦਣਾ ਵੇਚੀਆਂ ਨਾ ਮੈਂ ਤੈਨੂੰ ਬਹੁਤ ਬੁਰਾ ਪੇਸ਼ ਆਵਾਂਗਾ ਬੁਰਾ ਪੇਸ਼ ਆਵਾਂਗਾ ਚਵਲ ਜਿਹਾ ਚਵਲ ਜਿਹਾ ਨਹੀਂ ਵੇਚਣੀਆਂ ਗਰਦਣਾ ਨਹੀਂ ਵੇਚਣੀਆਂ ਗਰਦਣਾ ਵੇਖ ਲੈ ਵੇਖ ਲਾ ਸੋਚ ਲੈ ਫੇਰ ਸੋਚ ਲਿਆ ਬਠਾਰ ਕੇ ਉਹਨਾਂ ਦੇ ਕਰਕੇ ਰੱਖੀਆਂ ਇਹ ਫੈਸਲਾ ਵਾ ਸੋਚ ਲਾ ਨਹੀਂ ਵੇਚਣੀਆਂ ਗਰਦਣਾ ਯਾਰ ਜਾ ਕੇ ਕੰਮ ਕਰ ਜਾ ਕੇ ਜਾ ਯਾਰ ਮੈਂ ਸੌਣ ਲੱਗਾ ਜਾ ਆਪਣਾ ਕੰਮ ਕਰ ਯਾਰ ਜਾ ਸੌਣਾ ਕਿੱਥੇ ਤੈਨੂੰ ਖਾਪ ਆਉਣ ਵਾਲਾ ਤੈਨੂੰ ਸੌਣਾ ਕਿਉਂ ਤੂੰ ਤੇਰੇ ਵਰਗਾ ਬੰਦਾ ਦੇਖ ਲਵੇ ਨਾ ਸਵੇਰੇ ਬੰਦਾ ਸਦਕਾ ਸੁੱਟਣ ਚੱਲ ਜਾਂਦਾ ਦੇਖ ਜੁਗਾ ਤਾਂ ਸਦਕਾ ਹੈ ਕਿਆ ਕਰ ਤੇਰਾ ਕੰਮ ਚੱਲੇ ਸਿਰੀ ਲਈ ਜਾਂਦਾ ਘਰ ਪਾਵੇ ਲਜਾਂਦਾ ਹੀ ਨਹੀਂ ਬੁੱਢੀ ਲੜਦੀ ਆ ਖਾ ਤੈਨੂੰ ਖਾਧਿਆ ਲੱਗਣਾ ਹੀ ਤੇਰਾ ਖਾ ਕੇ ਵੀ ਸੜ ਜਾਣਾ ਤੇਰੇ ਰੰਗ ਦਾ ਰੂਪ ਤੇਰਾ ਰੂਪ ਤੇਰਾ ਨੂਰ ਦੱਸਣ ਡਿਆ ਹਾਂ ਤੇਰੇ ਬੜਾ ਇਜ਼ਕਾਰ ਵੀ ਕਰਦਾ ਇੱਥੇ ਆ ਜਾਂਦੇ ਖਰੇ ਕਿੱਥੋਂ ਯਾਰ ਓ ਯਾਰ ਤੁਸੀਂ ਘੰਟਾ ਹੋ ਗਿਆ ਵਾ ਜਾ ਕੇ ਉਹ ਪਾਣੀ ਪੂਣੀ ਪਾਓ ਮੁਰਗੀਆਂ ਨੂੰ ਉਹ ਪਾਣੀ ਉੱਤੇ ਸਾਫ਼ ਕਰ ਯਾਰ ਪਾਣੀ ਯਾਰ ਆਰਡਰ ਇਹਨੇ ਤੇ ਇੰਜ ਹੀ ਰਹਿਣਾ ਪਾਣੀ ਕੱਢ ਲਈ ਕੀ ਹੋਇਆ ਖੈਰ ਉਹ ਜਾਨਵਰ ਆ ਤੂੰ ਪਾਣੀ ਤੂੰ ਪਾਣੀ ਤਰੌਂਕਦਾ ਆ ਕਰਕੇ ਉੱਤੇ ਦਸ ਪਿਆ ਹੁੰਦਾ ਤੈਨੂੰ ਕੁੜੀਆਂ ਕੁਕੜੀਆਂ ਪਾਣੀ ਪੀਂਦੀਆਂ ਕੁਕੜੀਆਂ ਪਾਣੀ ਹੋਰ ਕੁਝ ਨਹੀਂ ਖਾਂਦੀਆਂ ਪੀਂਦੀਆਂ ਦਾਣਾ ਖਾਂਦੀਆਂ ਨਾਲ ਖਾਣਾ ਤੂੰ ਪਾਣਾ ਤੈਨੂੰ
ਤੇਰੇ ਕੋ ਹੈ ਜਾਣਾ ਚੱਲ ਇਹੋ ਜਿਹਾ ਸੜਿਆ ਕੁੱਕੜ ਮੈਂ ਹੁਣ ਘੰਟੇ ਤੱਕ ਉਹਨਾਂ ਦੇ ਕਰਕੇ ਰੱਖੀ ਆ ਉਹ ਜਾ ਯਾਰ ਤੂੰ ਘੰਟੇ ਦਾ ਨਾਂ ਹੀ ਸੁਣਿਆ ਜਾ ਕੰਮ ਕਰ ਜਾ ਕੇ ਆ ਗਿਆ ਗਾਹਕ ਵੱਡਾ ਉਹ ਜਾ ਯਾਰ ਆਪਣਾ ਕਮਾਲ ਮੂਲ ਖੋਲੋ ਯਾਰ ਦੁਕਾਨ ਬੰਦ ਦਾ ਟਾਈਮ ਗਾਹਕੀ ਦਾ ਟਾਈਮ ਖਰਾਬ ਕਰਤਾ ਯਾਰ ਖੋਲ ਯਾਰ ਛੱਡ ਦੇ ਮੈਂ ਆਪੇ ਕਰ ਲੈਣਾ ਛੱਡ ਦੇ ਯਾਰ ਤੂੰ ਪਰੇ ਆ ਯਾਰ ਫਿਰ ਉਹੀ ਗੱਲ ਸਵੇਰੇ ਆ ਜਾ ਫਿਰ ਉਹ ਯਾਰ ਤੂੰ ਸਵੇਰੇ ਆ ਜਾ ਬੋਲਾ ਜਦੋਂ ਮਰਜ਼ੀ ਆ ਜਾ ਯਾਰ ਤੂੰ ਜਾ ਚਲੇ ਜਾ ਯਾਰ।